ਪ੍ਰਧਾਨਮੰਤਰੀ ਨਰਿੰਦਰ ਮੋਦੀ 3 ਦਿਨੀ ਅਫਰੀਕੀ ਦੇਸ਼ਾਂ ਦੀ ਯਾਤਰਾ ਤੇ ਰਵਾਂਡਾ ਪੁੱਜੇ ਹਨ। ਇੱਥੇ ਅੱਜ ਉਹਨਾਂ ਨੇ ਰਵਾਂਡਾ ਦੇ ਰਾਸ਼ਟਰਪਤੀ ਪਾਲ ਗਾਮੇ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ ਅਤੇ ਵਪਾਰ ਤੇ ਖੇਤੀਬਾੜੀ ਦੇ ਖੇਤਰ 'ਚ ਸਹਿਯੋਗ ਮਜ਼ਬੂਤ ਕਰਨ ਦੀਆਂ ਯੋਜਨਾਵਾਂ ਤੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਰਵਾਂਡਾ ਲਈ 20 ਕਰੋੜ ਡਾਲਰ ਦਾ ਕਰਜ਼ਾ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ। ਮੁੰਬਈ 'ਚ ਹੋਏ 26/11 ਅੱਤਵਾਦੀ ਹਮਲੇ 'ਚ ਸ਼ਾਮਲ ਲਸ਼ਕਰ ਤੈਬਾ ਦੇ ਪਾਕਿਸਤਾਨੀ ਅਮਰੀਕੀ ਅੱਤਵਾਦੀ ਹੈਡਲੀ ਤੇ ਸ਼ਿਕਾਗੋ ਦੀ ਜੇਲ੍ਹ ਵਿੱਚ ਕੈਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਹੈਡਲੀ ਦੇ ਸਿਰ ਤੇ ਢਿੱਡ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ। ਹੈਡਲੀ ਨੂੰ ਹਸਪਤਾਲ ਦੇ ICU 'ਚ ਸਖ਼ਤ ਸੁਰੱਖਿਆ ਹੇਠਾਂ ਰੱਖਿਆ ਗਿਆ ਹੈ। ਮਰਾਠਾ ਰਿਜ਼ਰਵੇਸ਼ਨ ਨੂੰ ਲੈ ਕੇ ਪ੍ਰਦਰਸ਼ਨ ਦੌਰਾਨ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਮਹਾਰਾਸ਼ਟਰ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ। ਬੰਦ ਦਾ ਸਭ ਤੋਂ ਵੱਧ ਅਸਰ ਮਰਾਠਾਵਾੜਾ ਇਲਾਕੇ 'ਚ ਦਿਖ ਰਿਹਾ ਕਿਉਂਕਿ ਇੱਥੇ ਸਕੂਲ ਅਤੇ ਕਾਲਜ ਬੰਦ ਹਨ। ਔਰੰਗਾਬਾਦ 'ਚ ਵੀ ਇੰਟਰਨੈਟ ਸੇਵਾਵਾਂ 'ਤੇ ਰੋਕ ਲਾ ਦਿੱਤੀ ਗਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੇਸ਼ 'ਚ ਕੁੱਟਮਾਰ ਕਰਕੇ ਹੱਤਿਆ ਦੀਆਂ ਘਟਨਾਵਾਂ 'ਤੇ ਵੱਧ ਰਹੀ ਭਾਜਪਾ ਨੂੰ ਜ਼ਿੰਮੇਦਾਰ ਠਹਿਰਾਇਆ ਅਤੇ ਕਿਹਾ ਹੈ ਕਿ ਸਿਰਫ ਨਿੰਦਿਆ ਕਰਨ ਦੀ ਬਜਾਏ ਭਾਜਪਾ ਨੂੰ ਆਪਣੇ ਨੇਤਾਵਾਂ ਨੂੰ ਕੰਟਰੋਲ 'ਚ ਕਰਨਾ ਚਾਹੀਦਾ ਹੈ। ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਮਾਮੇ ਸਰਤਾਜ ਮਦਨੀ ਨੇ ਪੀਪਲਸ ਡੈਮੋਕਰੇਟ ਪਾਰਟੀ ਉਪ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮਦਨੀ ਨੇ PTI ਨੂੰ ਕਿਹਾ ਹੈ ਕਿ ਉਹਨਾਂ ਨੇ ਆਪਣਾ ਅਸਤੀਫਾ ਮੁਫਤੀ ਨੂੰ ਸੌਂਪ ਦਿੱਤਾ ਹੈ। UK ਦੇ ਤਾਕਤਵਰ ਸਿੱਖ ਭਾਈਚਾਰੇ ਨੂੰ 2021 ਦੀ ਮਰਦਮਸ਼ੁਮਾਰੀ ਵਿੱਚ ਵੱਖਰਾ ਕੌਮ ਦਾ ਦਰਜਾ ਮਿਲਣ ਵਾਲਾ ਹੈ। UK ਆਂਕੜਾ ਅਥਾਰਟੀ ਨੇ ਕਿਹਾ ਹੈ ਕਿ ਇਸ ਕਦਮ ਨਾਲ ਸਿੱਖ ਭਾਈਚਾਰਾ ਸਰਕਾਰ ਤੋਂ ਮਿਲਦੀਆਂ ਕਈ ਜਨਤਕ ਸੇਵਾਵਾਂ ਦਾ ਪੂਰਨ ਲਾਹਾ ਵਿੱਚ ਚੁੱਕ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਕਾਨੂੰਨੀ ਤੌਰ 'ਤੇ ਇੱਕ ਵੱਖਰੀ ਕੌਮ ਨਹੀਂ ਸਮਝਿਆ ਜਾਂਦਾ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਇਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੂੰ ਧਮਕਾਉਂਦਾ ਹੈ ਤਾਂ ਉਸ ਨੂੰ ਇਸ ਦੇ ਅੰਜਾਮ ਭੁਗਤਣੇ ਪੈਣਗੇ। ਉਹਨਾਂ ਨੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੂੰ ਦਿੱਤੇ ਸਿੱਧੇ ਸੰਦੇਸ਼ ਵਿੱਚ ਟਵਿੱਟਰ ਤੇ ਕਿਹਾ, ਅਮਰੀਕਾ ਨੂੰ ਮੁੜ ਕਦੇ ਵੀ ਨਾ ਧਮਕਾਉਣਾ, ਨਹੀਂ ਤਾਂ ਤੁਹਾਨੂੰ ਅਜਿਹੇ ਅੰਜਾਮ ਭੁਗਤਣੇ ਪੈਣਗੇ ਜਿਸ ਦੇ ਉਦਾਹਰਣ ਇਤਿਹਾਸ ਵਿੱਚ ਵਿਰਲੇ ਹੀ ਮਿਲਦੇ ਨੇ। ਕੈਨੇਡਾ ਦੇ ਟੋਰਾਂਟੋ ਸ਼ਹਿਰ 'ਚ ਐਤਵਾਰ ਦੇਰ ਰਾਤ ਨੂੰ ਭੀੜ ਵਾਲੀ ਸੜਕ 'ਤੇ 15 ਲੋਕਾਂ 'ਤੇ ਅੰਨੇਵਾਹ ਗੋਲੀਆਂ ਚਲਾ ਕੇ 10 ਸਾਲਾ ਬੱਚੇ ਅਤੇ ਇੱਕ 18 ਸਾਲਾ ਔਰਤ ਦੀ ਜਾਨ ਲੈਣ ਵਾਲੇ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ। ਇਸ ਹਮਲੇ 'ਚ 13 ਲੋਕ ਜ਼ਖਮੀ ਹੋਏ ਹਨ। ਮਾੜੇ ਅਨਸਰਾਂ ਵਿਰੁੱਧ ਵਿੰਡੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ 'ਤੇ ਪਹਿਰਾ ਦਿੰਦੇ ਹੋਏ ਥਾਣਾ ਅਮਰਗੜ੍ਹ ਦੀ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 6 ਦੋਪਹੀਆ ਵਹੀਕਲ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਲੰਘੀ 17 ਜੁਲਾਈ ਨੂੰ ਸੁਨੀਲ ਕੁਮਾਰ ਪੁੱਤਰ ਵੀਰ ਚੰਦ ਵਾਸੀ ਅਮਰਗੜ੍ਹ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਲਿਖਵਾਈ ਸੀ, ਜਿਸ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ। 19 ਜੁਲਾਈ ਨੂੰ ਜਦੋਂ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਹਰਾਣਾ ਵਿਖੇ ਨਾਕਾ ਲਗਾਇਆ ਹੋਇਆ ਸੀ ਤਾਂ ਜਸਵਿੰਦਰ ਸਿੰਘ ਵਾਸੀ ਜਲਾਲਗੜ੍ਹ ਅਤੇ ਸੁਨੀਲ ਸਿੰਘ ਪਾਸੋਂ ਇੱਕ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰ ਦੇ ਬਰਾਮਦ ਕੀਤਾ ਗਿਆ। ਦੋਵਾਂ ਦੋਸ਼ੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨਾਂ ਦੇ ਰਿਮਾਂਡ 'ਤੇ ਲਿਆ ਗਿਆ। SSB ਸੁਨੀਲ ਸ਼੍ਰੀ ਸੰਦੀਪ ਗਰਗ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਵਾਈ ਕਰਦੇ ਹੋਏ SHO ਅਮਰਗੜ੍ਹ ਸਮੇਤ ਪੁਲਿਸ ਪਾਰਟੀ 2 ਚੋਰਾਂ ਨੂੰ ਗ੍ਰਿਫਤਾਰ ਕਰਕੇ 5 ਮੋਟਰਸਾਈਕਲ 1 ਐਕਟਿਵਾ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਹੋਈ ਹੈ। ਮਿਤੀ 17 ਨੂੰ ਮਦਈ ਸੁਨੀਲ ਕੁਮਾਰ ਨੇ ਇੱਕ ਬਿਆਨ ਲਗਾਇਆ ਸੀ ਕਿ ਮੇਰਾ ਮੋਟਰਸਾਈਕਲ 14 ਮੋੜ ਤੋਂ ਕੋਈ ਲੋਕ ਤੋੜ ਕੇ ਚੋਰੀ ਕਰਕੇ ਲੈ ਗਿਆ, ਜਿਸ ਦੇ ਸੰਬੰਧ ਵਿੱਚ ਮੁਕੱਦਮਾ ਨੰਬਰ 99/18 ਅੰਡਰ ਸੈਕਸ਼ਨ 379 IPC ਥਾਣਾ ਅਮਰਗੜ੍ਹ ਦਰਜ ਰਜਿਸਟਰ ਕੀਤਾ ਗਿਆ ਸੀਗਾ, ਜਿਸ ਦੀ ਤਬਦੀਲ ਦੇ ਸੰਬੰਧ 'ਚ ਮਿਤੀ 19 ਨੂੰ PSI ਕੁਲਵਿੰਦਰ ਸਿੰਘ ਨੇ ਮਹਰੌਣਾ ਪਿੰਡ ਵਿੱਚ ਨਾਕਾ ਲਾਇਆ ਹੋਇਆ ਸੀਗਾ। ਦੌਰਾਨੇ ਨਾਕਾਬੰਦੀ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਪਾਸ 2 ਮੋਟਰਸਾਈਕਲ ਸੀਗੇ, ਦੋਨੋਂ ਚੋਰੀ ਦੇ ਸਾਬਤ ਹੋਏ, ਜਿਨ੍ਹਾਂ ਵਿੱਚੋਂ 1 ਮੋਟਰਸਾਈਕਲ ਜਿਹੜਾ ਸੀ ਉਹ ਮਦਈ ਸੁਨੀਲ ਕੁਮਾਰ ਦਾ ਜਿਹੜਾ ਚੋਰੀ ਹੋਇਆ ਸੀਗਾ ਉਹ ਬਰਾਮਦ ਹੋਇਆ। ਉਸ ਤੋਂ ਬਾਅਦ ਦੌਰਾਨੇ ਪੁਲਿਸ ਰਿਮਾਂਡ ਇਹਨਾਂ ਚੋਰਾਂ ਤੋਂ ਪੁੱਛਗਿੱਛ ਹੁੰਦੀ ਰਹੀ। ਇਹਨਾਂ ਨੇ ਇਕਵਾਲ ਕੀਤਾ ਸੀਗਾ ਜਿਹੜਾ ਜਸਵਿੰਦਰ ਸਿੰਘ ਸੀਗਾ, ਇਹਦੇ ਘਰੋਂ 2 ਮੋਟਰਸਾਈਕਲ ਸਪਲੈਂਡਰ ਉਹ ਬਰਾਮਦ ਕਰਵਾਏ ਗਏ। ਜਿਹੜਾ ਦੂਸਰਾ ਦੋਸ਼ੀ ਸੀਗਾ ਸੁਨੀਲ ਕੁਮਾਰ, ਉਹਦੇ ਘਰੋਂ ਵੀ ਉਹਦੇ ਇਕਬਾਲ ਜੁਰਮ ਦੇ ਤਫਤੀਸ਼ ਦੇ ਦੌਰਾਨ 2 1 ਮੋਟਰਸਾਈਕਲ ਅਤੇ 1 ਐਕਟਿਵਾ ਉਹ ਬਰਾਮਦ ਕਰਵਾਈ, ਜਿਹੜੇ ਦੋਨੋਂ ਚੋਰੀ ਦੇ ਸੀ। ਕੁੱਲ 5 ਮੋਟਰਸਾਈਕਲ ਅਤੇ 1 ਐਕਟਿਵਾ ਜਿਹੜੇ ਟੋਟਲ ਬਰਾਮਦ ਕਰਵਾਏ ਗਏ। ਔਰ ਤਫਤੀਸ਼ ਦੇ ਦੌਰਾਨ ਮਤਲਬ ਇਹ ਵੀ ਪਤਾ ਲੱਗਾ ਕਿ ਇਹਨਾਂ ਦਾ ਇੱਕ ਤੀਜਾ ਸਾਥੀ ਗੁਰਪ੍ਰੀਤ ਸਿੰਘ ਸੀਗਾ, ਜਿਹੜਾ ਇਹਨਾਂ ਦੇ ਨਾਲ ਹਰ ਵਾਰਦਾਤ ਵਿੱਚ ਸ਼ਾਮਿਲ ਸੀਗਾ, ਜਿਹਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ। ਜਲਦੀ ਗ੍ਰਿਫਤਾਰ ਕਰ ਲਾਂਗੇ ਔਰ ਉਸ ਤੋਂ ਵੀ ਵੱਡੇ ਖੁਲਾਸੇ ਹੋਣਗੇ।
ਸਥਾਨਕ ਸੰਗਰੂਰ ਦੇ ਸੋਹੀਆ ਰੋਡ ਵਿਖੇ ਨਾਲੇ ਦੇ ਨਾਲ ਲੱਗਦੇ ਇਲਾਕਾ ਵਾਸੀਆਂ ਨੂੰ ਦੇਰ ਰਾਤ ਉਸ ਸਮੇਂ ਹੱਥਾਂ ਪੈਰਾਂ 'ਤੇ ਪੈ ਗਈ ਜਦੋਂ ਨਾਲੇ 'ਚ ਪਾੜ ਪੈਣ ਕਾਰਨ ਸਾਰਾ ਪਾਣੀ ਮੁਹੱਲੇ ਵਿੱਚ ਜਾ ਵੜਿਆ। ਪਾਣੀ ਨੂੰ ਰੋਕਣ ਲਈ ਲੋਕਾਂ ਨੇ ਰਲ ਕੇ ਬੰਨ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਕੁੱਝ ਹਾਸਲ ਨਹੀਂ ਹੋਇਆ। ਉੱਧਰ ਸਵੇਰ ਹੋਣ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੋਨ ਕਰਕੇ ਆਪਣੀ ਦਾਸਤਾਨ ਦੱਸਣੀ ਚਾਹੀ ਤਾਂ ਕਿਸੇ ਵੀ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ। ਇੱਥੋਂ ਤੱਕ ਕਿ ਐਮਸੀ ਨੇ ਵੀ ਆਪਣੇ ਖੇਤਾਂ ਵਿੱਚ ਪਾਣੀ ਵੜਨ ਦੀ ਗੱਲ ਆ ਕੇ ਪੱਲਾ ਝਾੜ ਲਿਆ, ਜਦੋਂ ਕਿ ਇਸ ਪਾਣੀ ਦੇ ਅੰਦਰ ਵੜਨ ਦੇ ਨਾਲ ਮਕਾਨਾਂ ਵਿੱਚ ਦਰਾੜਾਂ ਪੈ ਗਈਆਂ ਹਨ ਅਤੇ ਜ਼ਮੀਨ ਧਸਣ ਦਾ ਡਰ ਵੀ ਬਣਿਆ ਹੋਇਆ ਹੈ। 9 ਸਾਲ ਹੋ ਗਏ, ਇਹ ਇੱਥੇ 2 ਵਾਰੀ ਪਹਿਲਾਂ ਵੀ ਟੁੱਟ ਚੁੱਕਿਆ ਪਾਣੀ, ਇੱਥੇ ਘਰਾਂ ਦਾ ਨੁਕਸਾਨ ਆ, ਇੱਥੇ ਕੰਧਾਂ ਵੀ ਗਿਰ ਰਹੀਆਂ ਔਰ ਗਿਰ ਵੀ ਗਈਆਂ ਨੇ। ਕੋਈ ਸਾਡੀ ਸੁਣਵਾਈ ਨਹੀਂ ਕਰਦਾ। ਅਸੀਂ ਥਾਣੇ 'ਚ ਵੀ 100 ਨੰਬਰ 'ਤੇ ਵੀ ਫੋਨ ਕੀਤਾ, 100 ਨੰਬਰ ਵਾਲੇ ਕਹਿੰਦੇ ਅਸੀਂ DC ਨੂੰ ਕਰਨਾ, ਨਾ ਕੋਈ DC ਨੇ ਸਾਡੀ ਸੁਣਵਾਈ ਕੀਤੀ ਹੈ, ਨਾ ਸਾਡੀ ਕਿਸੇ ਹੋਰ MC ਨੇ ਕੀਤੀ। ਆਪਣਾ ਪੰਜਾਬ ਨਿਊਜ਼ਪੇਪਰ ਦੇ ਵਿੱਚ ਅਤੇ ਆਪਣਾ ਪੰਜਾਬ NRI TV ਤੇ ਐਡ ਦੇਣ ਲਈ ਸਾਨੂੰ ਸੰਪਰਕ ਕਰੋ। ਸਾਡਾ USA ਦਾ ਫੋਨ ਨੰਬਰ ਹੈ 516-998-3222 ਤੇ ਸਾਡਾ ਇੰਡੀਆ ਦਾ ਫੋਨ ਨੰਬਰ ਹੈ 9815-4000।